ਜਿਸ ਤਰ੍ਹਾਂ ਦਾ ਮਾਹੌਲ ਪੂਰੇ ਦੇਸ਼ ਦੇ ਵਿੱਚ ਛਰਜਿਆ ਜਾ ਰਿਹਾ ਜਿਹੜੀਆਂ ਗੱਲਾਂ ਜਿਹੜੀਆਂ ਚੀਜ਼ਾਂ ਸਰਕਾਰ ਨਹੀਂ ਕਰ ਸਕੀ ਉਹ ਸਾਡੇ ਆਪਸੀ ਭਾਈਚਾਰੇ ਨੇ ਕੀਤਾਗਾ ਸਾਰੀਆਂ ਸਰਕਾਰਾਂ ਇਸ ਤਰ੍ਹਾਂ ਕਰਦੀਆਂ ਨੇ ਲੋਕਾਂ ਨੂੰ ਪਾੜ ਕੇ ਰਾਜ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹਨਾਂ ਦੀ ਹੁੰਦੀ ਆ ਤੇ ਔਰ ਕਾਮਯਾਬੀ ਰਹਿੰਦੀਆਂ ਨੇ ਕਿ ਭਈ ਮਸਜਿਦ ਨਹੀਂ ਥੇ ਔਰ ਨਮਾਜ਼ ਕبھی ਘਰ ਵਿੱਚ ਪੜ੍ਹ ਲੈਂਦੇ ਥੇ ਕبھی ਕਮਰਾ ਵਿੱਚ ਪੜ੍ਹ ਲੈਂਦੇ ਥੇ ਤੇ ਮੁਸਲਮਾਨ ਭਾਈਚਾਰਾ ਜਿਹੜਾ ਸਿੱਖ ਭਾਈਚਾਰਾ ਹੈ ਉਹ ਭਾਰਤ ਦੇ ਵਿੱਚ ਘੱਟ ਗਿਣਤੀ ਜੋ ਹੈ ਉਹਦੇ ਨਾਲ ਧੱਕੇਸ਼ਾਈਆਂ ਵੀ ਹੋ ਰਹੀਆਂ ਨੇ ਔਰ ਸਰਕਾਰ ਮਤਲਬ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤ ਕੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਆ ਔਰ ਮੈਂ ਸਮਝਦਾ ਕਿ ਇਹ ਮੇਰਾ ਛੋਟਾ ਜਿਹਾ ਕਦਮ ਹੈ ਕਿ ਮੈਂ ਇਹ ਨਹੀਂ ਚਾਹੁੰਦਾ ਕਿ ਮਾੜਾ ਵੱਡਾ ਕੰਮ ਕੀਤਾ ਤੇ ਇਹ ਸਰਕਾਰ ਦੇ ਮੂੰਹ ਦੇ ਉੱਤੇ ਬੜੀ ਕਰਾਰੀ ਚਪੇੜ ਹੋਊਗੀ ਮੌਜੂਦਾ ਸਮੇਂ ਜਿੱਥੇ ਕੁਝ ਸੰਗਠਨਾਂ ਵੱਲੋਂ ਸਮਾਜ ਵਿੱਚ ਫਿਰਕੂ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਸ ਦਰਮਿਆਨ ਜ਼ਿਲ੍ਹਾ ਬਰਨਾਲਾ ਦੇ ਮੋਗਾ ਬਰਨਾਲਾ ਹਾਈਵੇ ਤੇ ਪੈਂਦੇ ਪਿੰਡ ਬਖਤਖੜ ਦੇ ਐਮਬੀਜ਼ ਨੌਜਵਾਨ ਅਮਨਦੀਪ ਸਿੰਘ ਰਵੀ ਨੇ ਪਿੰਡ ਵਿੱਚ ਪਈ ਆਪਣੀ ਕੀਮਤੀ ਜਗ੍ਹਾ ਮੁਸਲਿਮ ਭਾਈਚਾਰੇ ਨੂੰ ਮਸਜਿਦ ਬਣਾਉਣ ਲਈ ਦਾਨ ਕਰਕੇ ਭਾਈਚਾਰੇ ਇੱਕਤਾ ਦੀ ਮਿਸਾਲ ਪੈਦਾ ਕੀਤੀ ਹੈ ਸਾਡੇ ਪਿੰਡ ਬਖਤਖੜ ਦੇ ਵਿੱਚ ਮੁਸਲਮਾਨ ਭਰਾਵਾਂ ਦੇ ਲਗਭਗ 15 ਦੇ ਕਰੀਬ ਘਰ ਨੇ ਤੇ ਉਹਨਾਂ ਨੂੰ ਆਪ ਦਾ ਜਿਹੜਾ ਸਜਦਾ ਕਰਨ ਦੇ ਵਾਸਤੇ ਜਾਂ ਨਵਾਜ਼ ਪੜਨ ਵਾਸਤੇ ਕੋਈ ਜਗ੍ਹਾ ਹੈ ਨਹੀਂ ਸੀ ਉਹ ਉਹਦੀ ਭਾਲ ਦੇ ਵਿੱਚ ਸੀ ਤੇ ਸਾਡੇ ਕੋਲੇ ਥਾਂ ਸਰਪਲਸ ਸੀਗਾ ਤੇ ਪਰਿਵਾਰ ਛੋਟਾ ਹੋਣ ਕਰਕੇ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਉਸ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਇਹ ਬਹੁਤ ਵਧੀਆ ਕੰਮ ਹੈਗਾ ਤੇ ਇਹਨਾਂ ਨੂੰ ਵੀ ਜਿਸ ਤਰ੍ਹਾਂ ਗੁਰਦੁਆਰਾ ਹੈ ਮੰਦਿਰ ਹੈ ਉਥੇ ਆਪ ਆਪਣੇ ਜਿਹੜੇ ਲੋਕਾਂ ਦੇ ਧਾਰਮਿਕ ਕੀਤੇ ਨੇ ਉਹਨਾਂ ਅਨੁਸਾਰ ਜਾ ਕੇ ਉਥੇ ਪੂਜਾ ਪਾਠ ਕਰਦੇ ਨੇ ਇਹਨਾਂ ਨੂੰ ਮੁ슬ਮਨ ਭਾਈਚਾਰੇ ਨੂੰ ਵੀ ਕੋਈ ਜਗ੍ਹਾ ਇਸ ਤਰ੍ਹਾਂ ਦੀ ਚਾਹੀਦੀ ਹੈ ਨਮਾਜ਼ ਪੜਨ ਤੇ ਉਹ ਨਵਾਜ਼ ਪੜਨ ਸਕਣ ਜਾਂ ਕੋਈ ਸਜਦਾ ਕਰ ਸਕਣ ਦੱਸਿਆ ਜਾਂਦਾ ਹੈ ਕਿ ਪਿੰਡ ਵਿੱਚ ਇੱਕ ਵੱਡੇ ਗੁਰਦੁਆਰਾ ਸਾਹਿਬ ਸਮੇਤ ਕਈ ਧਾਰਮਿਕ ਸਥਾਨ ਹਨ ਪਰ ਮੁ슬ਮਨ ਭਾਈਚਾਰੇ ਦਾ ਪਿੰਡ ਵਿੱਚ ਕੋਈ ਵੀ ਧਾਰਮਿਕ ਸਥਾਨ ਨਾ ਹੋਣ ਕਾਰਨ ਉਹਨਾਂ ਨੂੰ ਨਮਾਜ਼ ਅਦਾ ਕਰਨ ਲਈ ਨੇੜਲੇ ਪਿੰਡ ਜਾਣਾ ਪੈਂਦਾ ਸੀ ਸਮੱਸਿਆਵਾਂ ਸਾਨੂੰ ਆ ਰਹੀਆਂ ਸੀਗੀਆਂ ਜਦੋਂ ਅਸੀਂ ਨਮਾਜ਼ ਪੜ੍ਹਨੇ ਆਉਂਦੇ ਸੀਗੇ ਸਾਡੇ ਬੁੱਢੇ ਬੱਚੇ ਕਈ ਹਨੇਰੇ ਸਵੇਰੇ ਜਿਨ੍ਹਾਂ ਨੇ ਜਾਣਾ ਉਹ ਵੀ ਨਹੀਂ ਉਹਨਾਂ ਤੋਂ ਵੀ ਨਹੀਂ ਜਾਇਆ ਜਾਂਦਾ ਸੀਗਾ ਤੇ ਕਈ ਵਾਰ ਨਮਾਜ਼ ਰਹਿ ਜਾਂਦੀ ਸੀਗੀ ਅਮਨਦੀਪ ਸਿੰਘ ਨੇ ਕਿਹਾ ਕਿ ਉਹ ਸਾਰੇ ਧਰਮਾਂ ਦਾ ਬਰਾਬਰ ਸਤਕਾਰ ਕਰਦੇ ਹਨ ਤੇ ਇਸ ਸਮੇਂ ਜਦ ਕੁਝ ਲੋਕ ਸਿਆਸਤ ਕਰਨ ਲਈ ਲੋਕਾਂ ਵਿੱਚ ਵੰਡੀਆਂ ਪਾਉਣ ਦਾ ਯਤਨ ਕਰ ਰਹੇ ਹਨ ਤਾਂ ਉਹਨਾਂ ਦਾ ਅਜਿਹਾ ਕਦਮ ਭਾਈਚਾਰਕ ਇਕਤਾ ਮਜ਼ਬੂਤ ਕਰੇਗਾ ਅਮਨਦੀਪ ਸਿੰਘ ਉਹ ਹੀ ਨੌਜਵਾਨ ਹੈ ਜਿਸ ਨੇ ਪੰਜਾਬ ਦੀਆਂ ਅਨੋਖੀਆਂ ਜਾਣਕਾਰੀਆਂ ਸੰਬੰਧੀ ਪੁਸਤਕ ਵਿਚਿੱਤਰ ਸੰਸਾਰ ਵੀ ਲਿਖੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਮੁਸਲਿਮ ਭਾਈਚਾਰੇ ਦੀ ਇੱਕ ਦਰਜਨ ਤੋਂ ਵੀ ਵੱਧ ਪਰਿਵਾਰ ਹਨ ਜਿਨ੍ਹਾਂ ਦੀ ਪਿਛਲੇ ਕਈ ਦਹਾਕਿਆਂ ਤੋਂ ਪਿੰਡ ਵਿੱਚ ਮਸਜਿਦ ਬਣਾਉਣ ਦੀ ਇੱਛਾ ਸੀ ਪਰ ਸੀਮਿਤ ਆਰਥਿਕ ਸਾਧਨਾਂ ਕਾਰਨ ਉਹ ਕੋਈ ਜਗ੍ਹਾ ਖਰੀਦਣ ਤੋਂ ਅਸਮਰੱਥ ਸਨ ਅਮਨਦੀਪ ਸਿੰਘ ਰਾਵੀ ਨੇ ਪਿੰਡ ਵਿੱਚ ਪਈ ਆਪਣੇ 8 ਮਰਲੇ ਦੇ ਪਲਾਟ ਨੂੰ ਮੁਸਲਿਮ ਭਾਈਚਾਰੇ ਨੂੰ ਮਸਜਿਦ ਬਣਾਉਣ ਲਈ ਤਾਣ ਕਰ ਦਿੱਤਾ ਹੈ ਜਿਸ ਦੀ ਬਾਜ਼ਾਰ ਵਿੱਚ ਕੀਮਤ ਲਗਭਗ 7 ਲੱਖ ਰੁਪਏ ਦੇ ਕਰੀਬ ਪਣਦੀ ਹੈ ਇਹ ਬਹੁਤ ਵਧੀਆ ਅਪਰਾਲਾ ਹੋਇਆਗਾ ਸਭੋ ਸੰਯੋਗ ਦੇਣਾ ਚਾਹੀਦਾ ਸਾਰੇ ਪਿੰਡ ਨੂੰ ਰਲ ਕੇ ਇੱਥੇ ਜਲਦ ਤੋਂ ਜਲਦ ਕੰਮ ਸ਼ੁਰੂ ਕੀਤਾ ਜਾਵੇ ਬਹੁਤ ਵਧੀਆ ਜਗ੍ਹਾ ਗਈ ਸੜਕ ਦੇ ਉੱਤੇ ਆ ਰੋਡ ਦੇ ਤੇ ਇਸ ਨਾਲ ਬਹੁਤ ਹੀ ਜਦੋਂ ਅੱਲਾਹ ਕਹਿੰਦੇ ਆ ਤੇ ਨਹੀਂ ਅੱਲਾਹ ਕਹਿ ਸਕਦੇ ਆਪਾਂ ਵਾਹਿਗੁਰੂ ਕਹੋ ਕਿਉਂਕਿ ਖੁਦਾ ਦਾ ਨਾਮ ਲੈਣਾ ਬਹੁਤ ਵਧੀਆ ਗੱਲ ਹੈਗੀ ਕਿਉਂਕਿ ਸਾਰਾ ਭਾਈਚਾਰਾ ਆਪਾਂ ਨੂੰ ਇੱਕ ਮੋਟ ਹੋ ਕੇ ਰਹਿਣਾ ਚਾਹੀਦਾ ਸਰਕਾਰਾਂ ਤਾਂ ਆਪਣੇ ਚ ਪਾੜੇ ਪਾ ਰਹੀਆਂ ਇਨਾਂ ਦਾ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਉਹ ਤਾਂ ਜਾਨੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਲਾ ਲੀਏ ਸਾਰੇ ਪਿੰਡਾਂ ਦੇ ਵਿੱਚ ਚੱਕਰ ਕਾੜ ਕਾਇਮ ਹੋਇਆ ਵੀ ਇੱਕ ਪਿੰਡ ਵਖਤਗੜ ਦੇ ਵਿੱਚ ਮੁਸਾਲ ਪੈਦਾ ਹੁੰਦੀ ਆ ਵੀ ਇੱਕ